ਸ਼੍ਰੀ ਧਰੁਵ ਦਹੀਆ SSP ਤਰਨ ਤਾਰਨ ਦੀ ਨਿਗਰਾਨੀ ਹੇਠ ਤਰਨ ਤਾਰਨ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਹੈ, ਜਿੱਥੇ ਜਿਸ ਵਿੱਚ ਸਾਡੇ ਨਰਕੋਟਿਕ ਸੈੱਲ ਪੱਟੀ ਨੂੰ ਇੰਚਾਰਜ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਪਾਕਿਸਤਾਨ ਦੇ ਜਿਹੜਾ ਤਾਰਾਂ ਦੇ ਪਾਰ ਇੱਕ ਜਿਹੜਾ ਨਸ਼ੀਲਾ ਪਦਾਰਥ ਹੈ ਉਹ ਦੱਬਿਆ ਹੋਇਆ। ਇਸ ਇਨਫੋਰਮੇਸ਼ਨ 'ਤੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਜਿਹੜਾ ਸਦਰ ਪੱਟੀ ਪੁਲਿਸ, DSP ਪੱਟੀ ਅਤੇ BSF ਦੇ ਨਾਲ ਇੱਕ ਜੁਆਇੰਟ ਆਪਰੇਸ਼ਨ ਕੀਤਾ ਗਿਆ ਅਤੇ ਤਾਰਾਂ ਦੇ ਪਾਰ ਇਸ ਸਰਚ ਆਪਰੇਸ਼ਨ ਦੇ ਦੌਰਾਨ 2 ਕਿਲੋ 900 ਗ੍ਰਾਮ ਹੈਰੋਇਨ ਦੀ ਬਰਾਮਦਗੀ ਕੀਤੀ ਗਈ ਹੈ ਅਤੇ ਹਜੇ ਕਲੀਅਰ ਨਹੀਂ ਹੈ ਕਿ ਇਹ ਕਿਹੜੇ ਬੰਦਿਆਂ ਨੇ ਸੁੱਟੀ ਹੈ। ਇਸ ਕਰਕੇ ਅਣਪਛਾਤੇ ਬੰਦਿਆਂ 'ਤੇ NDPS ਐਕਟ ਦੇ ਤਹਿਤ ਵੱਖ ਵੱਖ ਧਾਰਾਵਾਂ ਦੇ ਤਹਿਤ ਪਰਚਾ ਕੀਤਾ ਗਿਆ ਅਤੇ ਤਫਤੀਸ਼ ਜਾਰੀ ਹੈ। ਸਾਨੂੰ ਜਿਹੜੀ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਦੌਰਾਨ ਇਹ ਗੱਲ ਸਾਹਮਣੇ ਹੈ ਕਿ ਪਾਕਿਸਤਾਨ ਦੇ ਨਾਲ ਕੁਛ ਲਿੰਕਸ ਹੈਗੇ ਤਾਂ ਪਾਕਿਸਤਾਨ ਨੂੰ ਡੈਫੀਨੇਟਲੀ ਸੁੱਟੀ ਗਈ ਹੈ ਅਤੇ ਤਫਤੀਸ਼ ਦੌਰਾਨ ਅਸੀਂ ਇਹ ਗੱਲ ਕਲੀਅਰ ਕਰਾਂਗੇ ਕਿ ਕਿਹੜੇ ਬੰਦੇ ਇਹ 'ਚ ਇਨਵੋਲਵ ਹੈਗੇ ਹੈ। ਇਸ ਤੋਂ ਇਲਾਵਾ ਤਰਨ ਤਾਰਨ ਪੁਲਿਸ ਨੇ ਇੱਕ ਹੋਰ ਵੱਡੀ ਕੰਮ ਹੇਠ ਜਿਸ ਵਿੱਚ CIA ਸਟਾਫ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕੁਛ ਬੰਦੇ ਆ ਜਿਹੜੇ ਕਿ ਹੈਰੋਇਨ ਲੈ ਕੇ ਆ ਰਹੇ ਨੇ ਅਤੇ ਇਸ 'ਤੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ CIA ਟੀਮ ਰਵਾਨਾ ਕੀਤੀ ਗਈ ਅਤੇ ਝਬਾਲ ਤੋਂ ਚਾਟੀ ਪਿੰਡ ਜਾਂਦੇ ਹੋਏ ਇਹਨਾਂ ਨੂੰ ਮੁੰਡਿਆਂ ਨੂੰ ਮੌਕੇ 'ਤੇ ਹੀ ਫੜਿਆ ਗਿਆ, ਜਿਹਦੇ ਵਿੱਚ ਆਕਾਸ਼ ਸੰਧੂ ਹੈਗਾ ਹੈ ਅੰਮ੍ਰਿਤਸਰ ਦਾ, ਸੰਦੀਪ ਸਿੰਘ ਹੈਗਾ ਅੰਮ੍ਰਿਤਸਰ ਦਾ। ਇਹ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਦੋ ਬੰਦੇ ਭੱਜਣ 'ਚ ਭੱਜ ਗਏ ਨੇ ਅਤੇ ਇਹਨਾਂ ਦਾ ਨਾਂ ਹੈਗਾ ਦਾਨਿਸ਼ ਅਤੇ ਪਿੰਦਰ। ਇਹਨਾਂ ਕੋਲੋਂ ਜਿਹੜੇ ਦੋ ਅਰੈਸਟਡ ਬੰਦੇ ਆ ਇਹਨਾਂ ਕੋਲੋਂ 1 ਕਿਲੋ 25 ਗ੍ਰਾਮ ਹੈਰੋਇਨ ਦੀ ਬਰਾਮਦਗੀ ਕੀਤੀ ਗਈ ਹੈ ਅਤੇ ਇਸ 'ਤੇ ਕਾਰਵਾਈ ਕਰਦੇ ਹੋਏ ਸਿਟੀ ਤਰਨ ਤਾਰਨ ਥਾਣੇ ਦੇ ਵਿੱਚ ਪਰਚਾ ਦਰਜ ਕਰ ਲਿਆ ਗਿਆ ਹੈ ਵੱਖ ਵੱਖ ਧਾਰਾਵਾਂ ਤਹਿਤ ਅਤੇ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ। ਪ੍ਰੀਲੀਮਿਨਰੀ ਇਨਵੈਸਟੀਗੇਸ਼ਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਚਾਰਾਂ ਦੇ ਪਹਿਲਾਂ ਵੀ ਕਾਫੀ ਮੁਕੱਦਮੇ ਦਰਜ ਹੈ ਜਿਨ੍ਹਾਂ ਦਾ ਵੇਰਵਾ ਅਸੀਂ ਤੁਹਾਨੂੰ ਦੇ ਦਿਆਂਗੇ।